फरीद ਨੇ ਉਸ ਆਦਮੀ ਨੂੰ ਕਿਹਾ ਇੱਕ ਛੋਟਾ ਜਿਹਾ ਮੇਰਾ ਕੰਮ ਕਰ ਲਿਆ ਕੋਲ ਪਿਆ ਹੋਇਆ ਇੱਕ ਨਾਰੀਅਲ ਚੁੱਕ ਕੇ ਦੇ ਦਿੱਤਾ ਉਸ ਆਦਮੀ ਨੂੰ ਤੇ ਕਿਹਾ ਕਿ ਇਹਨੂੰ ਤੋੜ ਕੇ ਲਿਆ ਧਿਆਨ ਰੱਖੇ ਇਹਦੀ ਗਿਰੀ ਨੂੰ ਪੂਰਾ ਬਚਾ ਲਿਓਣਾ ਹੈ ਗਿਰੀ ਟੁੱਟ ਨਾ ਜਾਏ ਪਰ ਉਹ ਨਾਰੀਅਲ ਸੀ ਕੱਚਾ ਉਸ ਆਦਮੀ ਨੇ ਕਿਹਾ ਮਾਫ ਕਰੋ ਇਹ ਕੰਮ ਮੈਥੋਂ ਨਹੀਂ ਹੋ ਸਕੇਗਾ ਨਾਰੀਅਲ ਬਿਲਕੁਲ ਕੱਚਾ ਹੈ ਤੇ ਜੇ ਮੈਂ ਇਹਦਾ ਖੋਖਾ ਤੋੜਿਆ ਗਿਰੀ ਵੀ ਟੁੱਟ ਜਾਏਗੀ ਉਸ ਫਕੀਰ ਨੇ ਕਿਹਾ ਉਹਨੂੰ ਰੱਖ ਦੇ ਦੂਜਾ ਨਾਰੀਅਲ ਉਹਨੇ ਦਿੱਤਾ ਜੋ ਕਿ ਸੁੱਕਾ ਸੀ। ਕਿਆ ਹੁਣ ਇਹਨੂੰ ਤੋੜ ਲਿਆ। ਇਹਦੀ ਗਿਰੀ ਤਾ ਤੂੰ ਬਚਾ ਸਕੇਂਗਾ? ਉਸ ਆਦਮੀ ਨੇ ਕਿਹਾ ਇਹਦੀ ਗਿਰੀ ਬਚ ਸਕਦੀ ਹੈ। ਫਕੀਰ ਨੇ ਕਿਹਾ ਮੈਂ ਤੈਨੂੰ ਜਵਾਬ ਦਿੰਦਾ। ਕੁਝ ਸਮਝ ਚ ਨਹੀਂ ਆਇਆ। ਉਸ ਆਦਮੀ ਨੇ ਕਿਹਾ ਮੇਰੀ ਕੁਝ ਸਮਝ ਚ ਨਹੀਂ ਆਇਆ। ਨਾਰੀਅਲ ਨਾਲ ਮੇਰੇ ਜਵਾਬ ਦਾ ਕੀ ਸੰਬੰਧ ਹੈ? ਮੇਰੇ ਸਵਾਲ ਦਾ ਕੀ ਸੰਬੰਧ ਹੈ? ਉਸ ਫਕੀਰ ਨੇ ਕਿਹਾ ਇਹ ਨਾਰੀਅਲ ਵੀ ਰੱਖ ਦੇ। ਕੁਝ ਤੋੜਨਾ ਭੰਨਣਾ ਨਹੀਂ ਹੈ। ਮੈਂ ਤੈਨੂੰ ਇਹ ਕਹਿ ਰਿਹਾ ਕਿ ਇੱਕ ਕੱਚਾ ਨਾਰੀਅਲ ਹੈ। ਜਿਤੇ ਗਿਰੀ ਤੇ ਖੋਖਾ ਜੇ ਆਪਸ ਵਿੱਚ ਜੁੜੇ ਹੋਏ ਹਨ ਜੇ ਤੂੰ ਇਹਦੇ ਖੋਖੇ ਨੂੰ ਚੋਟ ਪਹੁੰਚਾਏਗਾ ਤੇ ਇਹਦੀ ਗਿਰੀ ਵੀ ਟੁੱਟ ਜਾਏਗੀ ਫਿਰ ਇੱਕ ਸੁੱਕਾ ਨਾਰੀਅਲ ਹੈ ਸੁੱਕੇ ਨਾਰੀਅਲ ਤੇ ਕੱਚੇ ਨਾਰੀਅਲ 'ਚ ਫਰਕ ਕੀ ਕੀ ਹੈ ਇੱਕ ਛੋਟਾ ਜਿਹਾ ਫਰਕ ਹੈ ਸੁੱਕੇ ਨਾਰੀਅਲ ਦੀ ਗਿਰੀ ਸੁngੜ ਗਈ ਹੈ ਅੰਦਰ ਤੇ ਖੋਖੇ ਤੋਂ ਵੱਖ ਹੋ ਗਈ ਹੈ ਗਿਰੀ ਤੇ ਖੋਖੇ ਵਿਚਾਲੇ ਇੱਕ ਫਾਸਲਾ ਇੱਕ ਡਿਸਟੈਂਸ ਹੋ ਗਿਆ ਹੈ ਇੱਕ ਦੂਰੀ ਹੋ ਗਈ ਹੈ ਹੁਣ ਤੂੰ ਕਹਿਣਾ ਹੈ ਕਿ ਇਹਦਾ ਅਸੀਂ ਖੋਖਾ ਤੋੜ ਦੇਵਾਂਗੇ ਤਗਰੀਬਤ ਸਕਦੀ ਹੈ ਮੈਂ ਤੇਰੇ ਸਵਾਲ ਦਾ ਜਵਾਬ ਦੇ ਦਿੰਦਾ ਹੈ ਉਸ ਆਦਮੀ ਨੇ ਕਿਹਾ ਮੈਂ ਫਿਰ ਵੀ ਨਹੀਂ ਸਮਝਿਆ ਫਕੀਰ ਨੇ ਕਿਹਾ ਜਦ ਮਰ ਤੇ ਸਮਝ ਇਹਦੇ ਬਿਨਾ ਤੂੰ ਸਮਝ ਨਹੀਂ ਸਕਦਾ ਪਰ ਤਦ ਵੀ ਤੂੰ ਸਮਝ ਨਹੀਂ ਸਕੇਗਾ ਕਿਉਂਕਿ ਤਦ ਤੂੰ ਬੇਹੋਸ਼ ਹੋ ਜਾਏਗਾ ਖੋਖਾ ਤੇ ਗਰੀ ਇੱਕ ਦਿਨ ਅਲੱਗ ਹੋਣਗੇ ਪਰ ਤਦ ਤੂੰ ਬੇਹੋਸ਼ ਹੋਏਗਾ ਜੇ ਸਮਝਣਾ ਹੈ ਤਾਂ ਹੁਣੇ ਖੋਖੇ ਤੇ ਗਰੀ ਨੂੰ ਵੱਖ ਕਰਨਾ ਸਿੱਖ ਹੁਣੇ ਜਿਉਂਦੇ ਜੀ ਤੇ ਜੇਕਰ ਹੁਣੇ ਖੋਖਾ ਦੇ ਗਿਰੀ ਵਖ ਹੋ ਜਾਣ ਤਾਂ ਮੌਤ ਖਤਮ ਹੋ ਗਈ ਉਹ فاਸਲਾ ਪੈਦਾ ਹੋਣ ਨਾਲ ਹੀ ਅਸੀਂ ਜਾਣਦੇ ਆ ਕਿ ਖੋਖਾ ਵਖ ਗਿਰੀ ਵਖ ਹੁਣ ਖੋਖਾ ਟੁੱਟ ਜਾਏਗਾ ਤਦ ਵੀ ਮੈਂ ਬਚਾਂਗਾ ਤਦ ਵੀ ਮੇਰੇ ਟੁੱਟਣ ਦਾ ਕੋਈ ਸਵਾਲ ਨਹੀਂ ਹੈ ਤਦ ਵੀ ਮੇਰੇ ਮਿਟਣ ਦਾ ਕੋਈ ਸਵਾਲ ਨਹੀਂ ਹੈ ਮੌਤ ਵਾਪਰੇਗੀ ਤਦ ਵੀ ਮੇਰੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ ਮੇਰੇ ਬਾਹਰ ਹੀ ਵਾਪਰੇਗੀ ਯਾਨੀ ਉਹੀ ਮਰੇਗਾ ਜੋ ਮੈਂ ਨਹੀਂ ਹਾਂ ਤੇ ਜੋ ਮੈਂ ਹਾਂ ਉਹ ਬਚ ਜਾਏਗਾ ਧਿਆਨ ਜਾਂ ਸਮਾਧੀ ਦਾ ਇਹ ਹੀ ਅਰਥ ਹੈ ਅਸੀਂ ਆਪਣੇ ਖੋਖੇ ਤੇ ਗਿਰੀ ਨੂੰ ਵੱਖ ਕਰਨਾ ਸਿੱਖ ਜਾਈਏ ਉਹ ਵੱਖ ਹੋ ਸਕਦੇ ਹਨ ਕਿਉਂਕਿ ਉਹ ਵੱਖ ਹਨ ਉਹ ਵੱਖ ਵੱਖ ਜਾਣੇ ਜਾ ਸਕਦੇ ਹਨ ਕਿਉਂਕਿ ਉਹ ਵੱਖ ਹਨ ਧੰਨਵਾਦ